ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਸਿਮਰਨਜੀਤ ਸਿੰਘ ਹਨੀ, ਵਾਰਡ ਨੰਬਰ 16 ਤੋਂ ਆਜ਼ਾਦ ਉਮੀਦਵਾਰ ਲੜ ਰਿਹਾ ਹਾਂ, ਕਿਉਂਕਿ ਮੈਂ ਬਹੁਤ ਲੰਬੇ ਸਮੇਂ ਤੋਂ ਪਾਰਟੀਆਂ ਨਾਲ ਚੱਲ ਕੇ ਵੇਖਿਆ ਵੈ, ਕੋਈ ਕਾਂਗਰਸੀ ਕੋਈ ਅਕਾਲੀ ਦਲ ਵੀ ਜਿੱਤ ਕੇ ਚਲੇ ਜਾਂਦਾ, ਮੁੜ ਕੇ ਵਾਪਸ ਨਹੀਂ ਆਉਂਦਾ, ਨਾ ਕੋਈ ਵਿਕਾਸ ਕਰਾਉਂਦਾ ਵੈ, ਸਿਰਫ ਗੱਲਾਂ ਜੋਗੇ ਹਨ। ਸੋ ਮੈਂ, ਮੇਰੇ 'ਚ ਇੰਨੀ ਤਾਕਤ ਨਹੀਂ ਸੀ ਕਿ ਮੈਂ ਚੋਣ ਇਲੈਕਸ਼ਨ ਲੜ ਸਕਾਂ, ਪਰ ਤੁਸੀਂ ਦੇਖ ਰਹੇ ਹੋ ਸੰਗਤ ਦਾ ਪਿਆਰ, ਅੱਜ ਪਿਆਰ ਸੰਗਤ ਦਾ ਸਤਿਕਾਰ, ਮੇਰੇ ਸਿਰ 'ਤੇ ਦਿੱਤੇ ਆਸ਼ੀਰਵਾਦ ਨਾਲ ਮੈਨੂੰ ਇੰਨਾ ਬਲ ਮਿਲਿਆ ਕਿ ਅੱਜ ਮੈਂ ਚੋਣ ਮੈਦਾਨ ਦੇ ਵਿੱਚ ਵੱਡੀਆਂ ਵੱਡੀਆਂ ਪਾਰਟੀਆਂ ਨੂੰ ਮੈਂ ਉਹਨਾਂ ਨੂੰ ਭਾਜੜਾਂ ਪਾਈਆਂ ਹੋਈਆਂ ਹਨ। ਮੇਰਾ ਜਿਹੜਾ ਮੇਨ ਮੁੱਦਾ ਵੈ ਉਹ ਜਿਵੇਂ ਸਾਡੇ ਅੰਦਰ 32 ਸੈਕਟਰ ਬਾਬਾ ਜੀਵਨ ਸਿੰਘ ਭੋਲਾ ਕਲੋਨੀ, ਥੋੜ੍ਹੀਆਂ ਪਿਛੜੀਆਂ ਕਲੋਨੀਆਂ ਹਨ, ਇਹਨਾਂ ਦੇ ਵਿੱਚ ਡਿਵੈਲਪਮੈਂਟ ਕਰਾਉਣਾ, ਪਾਣੀ ਦੀ ਸਮੱਸਿਆ, ਸੀਵਰੇਜ ਦੀ ਸਮੱਸਿਆ, ਅਤੇ 32 ਸੈਕਟਰ ਦੇ ਵਿੱਚ ਸੜਕਾਂ ਦੀ ਸਮੱਸਿਆ, ਸਾਫ਼ ਸਫਾਈ ਦੀ ਸਮੱਸਿਆ, ਹੋਰ ਇੱਥੇ ਜੋ ਸਾਡੀ ਸਾਰਿਆਂ ਨਾਲੋਂ ਜ਼ਿਆਦਾ ਸਮੱਸਿਆ, ਜੋ ਇੱਥੇ 9 ਯੂਨਿਟ ਲੱਗੀਆਂ ਹੈ ਤਾਜਪੁਰ ਰੋਡ 'ਤੇ, ਅਸੀਂ ਸਵੇਰੇ ਉੱਠਦੇ ਹਾਂ, ਇੱਕ ਡਾਕ ਦੀ ਬੋਰੀ ਇੱਕ ਕੋਠੇ ਦੇ ਉੱਤੋਂ ਇੱਕ ਘਰ ਦੇ ਵਿੱਚੋਂ ਇਕੱਠੀ ਹੁੰਦੀ ਹੈ। ਮੇਰਾ ਪਹਿਲਾ ਮਕਸਦ, ਮੈਂ ਸੰਗਤ ਦੇ ਆਸ਼ੀਰਵਾਦ ਨਾਲ, ਪਿਆਰ ਦੇ ਨਾਲ ਚੱਲ ਕੇ ਮੈਂ ਡਾਇੰਗਾਂ ਦੇ ਵਿੱਚੋਂ ਜਿਹੜੀ ਰਾਖ ਆਉਂਦੀ ਹੈ ਇਹਦਾ ਹੱਲ ਕਰੂੰਗਾ ਜੀ। ਸੋ ਮੈਂ ਸਾਰੇ ਅੱਗੇ ਬੇਨਤੀ ਕਰਦਾ ਕਿ ਆਉਣ ਵਾਲੀ 24 ਤਰੀਕ ਨੂੰ ਸਿਲੰਡਰ ਵਾਲਾ ਬਟਨ ਦਬਾ ਕੇ ਮੈਨੂੰ ਕਾਮਯਾਬ ਕੀਤਾ ਜਾ ਸਕੇ, ਤਾਂ ਜੋ ਮੈਂ ਲੋਕਾਂ ਦੀ ਕਚਹਿਰੀ ਦੇ ਵਿੱਚ ਸਾਰੀ ਸੰਗਤ ਦੇ ਆਪਣੇ ਪਰਿਵਾਰ ਵਾਂਗੂ ਵਰਤ ਕੇ ਪੂਰੇ ਵਾਰਡ ਨਾਲ ਮੈਂ ਸੇਵਾ ਕਰਨ ਦਾ ਮੌਕਾ, ਮੈਨੂੰ ਮੌਕਾ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ। ਸਾਡੇ ਵੀਰ ਸਿਮਰਜੀਤ ਸਿੰਘ ਹਨੀ ਹੋਣਾ ਨੂੰ ਬਹੁਤ ਹੀ ਵੱਡਾ ਹੁੰਗਾਰਾ ਮਿਲ ਰਿਹਾ ਹੈ, ਜਿੱਥੇ ਜਿੱਥੇ ਵੀ ਜਾ ਰਹੇ ਆ ਸਾਰੇ ਵੱਧ ਚੜ ਕੇ ਸਾਡਾ ਸਾਥ ਦੇ ਰਹੇ ਨੇ, ਅਤੇ ਮੈਂ ਪੂਰੇ ਯੂਥ ਨੂੰ, ਆਪਣੀਆਂ ਮਾਵਾਂ ਨੂੰ, ਭੈਣਾਂ ਨੂੰ, ਇਹਨਾਂ ਨੂੰ ਅਪੀਲ ਕਰਨੀ ਚਾਹੁੰਦਾ ਵੀ ਇਹ ਸਾਡਾ ਸਭ ਤੋਂ ਵੱਧ ਚੜ ਕੇ ਸਾਥ ਦੇਣ, ਤਾਂ ਜੋ ਅਸੀਂ ਇਹ ਗਰੀਬਾਂ ਦੀ ਸੇਵਾ ਕਰ ਸਕੀਏ। ਬਸ ਸਾਡਾ ਇਹੀ ਮੈਸੇਜ ਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਗਊਘਾਟ ਪਾਤਸ਼ਾਹੀ ਪਹਿਲੀ ਲੁਧਿਆਣਾ, ਉਸ ਤੋਂ ਬਾਅਦ ਸੇਵਾਦਾਰ ਗੁਰਦੁਆਰਾ 32 ਸੈਕਟਰ 32 ਏ, ਜਨਰਲ ਸਕੱਤਰ ਸੀਨੀਅਰ ਸਿਟੀਜ਼ਨ ਫਰੈਂਡ ਕਲੱਬ ਦੀ ਤੋਂ ਬੋਲਦਾ, 16 ਨੰਬਰ ਵਾਰਡ ਦੇ ਹੀ ਰਹਿਣ ਵਾਲੇ ਹਾਂ। ਸਾਡੇ ਇਲਾਕੇ ਦੇ ਵਿੱਚ ਹਰਮਨਜੀਤ ਸਿੰਘ ਸੰਨੀ ਹਣੀ ਇੱਕ ਬਹੁਤ ਹੀ ਜੁਝਾਰੂ ਵਰਕਰ ਹੈ, ਲੋਕਾਂ ਦੇ ਕੰਮ ਆਉਣ ਵਾਲਾ ਵਰਕਰ ਹੈ। ਮੈਂ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਦੋਨੇ ਹੱਥ ਜੋੜ ਕੇ, ਬਈ ਸਾਰੇ ਮੇਰੇ ਵੀਰ, ਮੇਰੇ ਬੱਚੀਆਂ, ਮੇਰੀਆਂ ਭੈਣਾਂ, ਇੱਕ ਵਾਰੀ ਹਣੀ ਨੂੰ ਵੋਟਾਂ ਪਾਉਣ ਅਤੇ ਉਹਨੂੰ ਕਾਮਯਾਬ ਕਰਨ ਅਤੇ ਆਪਣੇ ਇਲਾਕੇ ਦੀ ਤਰੱਕੀ ਕਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ 32 ਸੈਕਟਰ ਦੇ ਰਹਿਣ ਵਾਲੇ ਹਾਂ, ਵਾਰਡ ਨੰਬਰ 16 ਦੇ। ਅਸੀਂ ਇੱਕੋ ਗੱਲ ਜਾਣਦੇ ਹਾਂ ਕਿ ਅਸੀਂ ਹਰ ਪਾਰਟੀ ਨੂੰ, ਕਾਂਗਰਸ ਨੂੰ, ਅਕਾਲੀਆਂ ਨੂੰ, ਬੀਜੇਪੀ ਨੂੰ, ਸਾਰਿਆਂ ਨੂੰ ਦੇਖਿਆ, ਪਰ ਇੱਕ ਆਮ ਜਨਤਾ ਵਿੱਚ ਜਿਹੜਾ ਇੰਡੀਪੈਂਡੈਂਟ ਖੜ੍ਹਾ ਹੈ, ਉਹਦੇ 'ਚ ਇਹ ਦੇਖੋ ਕਿ ਉਹਦੇ 'ਚ ਕਿੰਨੀ ਹਿੰਮਤ ਹੈ ਕਿ ਉਹ ਬਿਨਾਂ ਕਿਸੇ ਪਾਰਟੀ ਦੇ ਸਪੋਰਟ ਲਈ ਤੁਹਾਡੇ ਹੱਕਾਂ ਲਈ ਲੜਨ ਲਈ ਉਹ ਖੜ੍ਹਾ ਹੋ ਗਿਆ। ਜੇ ਹੁਣ ਵੀ ਅਸੀਂ ਉਹਦਾ ਸਾਥ ਨਾ ਦਿੱਤਾ ਤਾਂ ਅਸੀਂ ਆਪਣੇ ਲਈ ਕਦੀ ਨਹੀਂ ਲੜ ਸਕਦੇ, ਬਾਅਦ ਵਿੱਚ ਅਸੀਂ ਦੂਸਰੀ ਪਾਰਟੀਆਂ ਨੂੰ ਦੋਸ਼ ਦਿੰਦੇ ਹਾਂ ਕਿ ਉਹਨਾਂ ਨੇ ਸਾਡੇ ਲਈ ਕੁਛ ਨਹੀਂ ਕੀਤਾ। ਉਹ ਕਰਨਗੇ ਕਿਵੇਂ ਜਿਹੜੇ ਤੁਹਾਡੇ ਲਈ ਖੜ੍ਹੇ ਹੈ, ਤੁਸੀਂ ਉਹਨਾਂ ਨਾਲ ਸਪੋਰਟ ਨਹੀਂ ਕਰਦੇ। ਇਸ ਲਈ ਹੱਥ ਜੋੜ ਕੇ ਬੇਨਤੀ ਹੈ, ਵੀਰਾਂ ਦਾ ਸਪੋਰਟ ਕਰੋ, ਇੰਡੀਪੈਂਡੈਂਟਲੀ ਖੜ੍ਹਾ, ਦੱਸੋ ਅਸੀਂ ਆਜ਼ਾਦ ਹਾਂ, ਅਸੀਂ ਆਪਣੇ ਡਿਸੀਜ਼ਨ ਖੁਦ ਲੈ ਸਕਦੇ ਹਾਂ, ਸਾਨੂੰ ਪਤਾ ਸਾਡੇ ਲਈ ਸਹੀ ਹੱਕ ਕੀ ਹੈ, ਸਹੀ ਹੱਕਦਾਰ ਕੌਣ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਦੇਹ ਜੋ ਨਿਸ਼ਾਨ ਸੰਦੇਹ।